वाहिगुरु जी का खालसा, वाहिगुरु जी की फतेह। मैं गल कर लग्या जिहड़ी आ श्रोमणी अकाली दल दी आ उस मामले ते, ते मैं एक गल कहूंगा, आखिर रंडी तां रंड कट ले पर लोक नहीं कट्टन दिंदे। मैं कुछ गलत जे बोलदा उहदे वास्ते मैं माफी चाहुंदा, क्योंकि इह जिहड़ियां कहावतां साडे सियाणियां दीआं बणाईआं। हुण इह गल मैं तां कही आ वी रंडी तां रंड कट ले पर लोक नहीं कट्टन दिंदे। कहण तों भावे पंजाब दे लोक पंजाब नूं सुधार तां लैण, पर कुछ पंजाब दे लोक ही नहीं सुधारन दिंदे। हुण मैं गल तुहानूं समझाउणा, मैं कुछ गलत नहीं कर लग्गिया। एक गीत आया आ सुणिआ जे, ਇਹ ਮੈਂ ਤੁਹਾਨੂੰ ਦੱਸੀ ਵੀ ਜਾਂਦਾ, ਇਹ ਅਕਾਲੀ ਦਲ ਦੇ ਵਾਸਤੇ ਬਣਾਈ ਗਈ ਆ ਕਿ ਜਦੋਂ ਸਰਕਾਰ ਆਊਗੀ ਸਭ ਤੋਂ ਪਹਿਲਾਂ ਸਕੂਲ ਅਪਡੇਟ ਕਰਾਉਣੇ ਆ, ਜਾਂ ਅਪਡੇਟ ਕਹਿ ਲਓ ਜਾਂ ਅਪਗ੍ਰੇਡ ਜੋ ਵੀ ਕਹਿ ਰਹੇ ਆ। ਪਰ ਮੈਂ ਇਹ ਗੱਲ ਜਨਤਾ ਤੋਂ ਪੁੱਛਣਾ ਚਾਹੁੰਦਾ, ਨਾਲ ਹੀ ਸਾਡੇ ਬਾਪੂ ਬਾਦਲ ਜੀ ਤੋਂ ਪੁੱਛਣਾ ਚਾਹੁੰਦਾ। ਅੱਛਾ ਬਾਪੂ ਜੀ, ਤੁਸੀਂ ਸਾਡੇ ਸਾਬਕਾ ਮੁੱਖ ਮੰਤਰੀ ਹੋ, ਅਸੀਂ ਪੁੱਛ ਸਕਦੇ ਹਾਂ ਤੁਹਾਨੂੰ? ਅਸੀਂ ਇੱਥੋਂ ਦੇਸ਼ ਦੇ ਰਹਿਣ ਵਾਲੇ ਹਾਂ, ਸਾਡਾ ਹੱਕ ਬਣਦਾ। 10 ਸਾਲ ਤੁਹਾਡੀ ਸਰਕਾਰ ਬਣੀ ਹੋਵੇ, ਉਦੋਂ ਸਕੂਲਾਂ ਦੇ ਅਪਡੇਟ ਜਿਵੇਂ ਕਹਿ ਲਓ ਉਦੋਂ ਸਕੂਲ ਚੰਗੇ ਕਿਉਂ ਨਾ ਹੋਏ, ਉਦੋਂ ਅਪਗ੍ਰੇਡ ਕਿਉਂ ਨਾ ਹੋਏ ਸਕੂਲ? ਅਤੇ ਜਦੋਂ ਹੁਣ ਕਹਿੰਦੇ ਵੀ ਇਹਦੇ ਵਿੱਚ ਟੀਚਰ ਲਿਆਉਣੇ ਆ ਸਕੂਲਾਂ ਦੇ ਵਿੱਚ ਜਦੋਂ ਸਰਕਾਰ ਦੁਬਾਰਾ ਬਣਦੀ ਆ, ਅਤੇ ਮੈਨੂੰ ਇੱਕ ਗੱਲ ਦਾ ਜਵਾਬ ਦਿਆ ਜੇ ਕਿ ਉਹ ਉਦੋਂ ਪਹਿਲਾਂ ਟੀਚਰ ਕਿਉਂ ਨਾ ਦਿੱਤੇ? ਇੱਕ ਮਿੰਟ, ਅਤੇ 10 ਸਾਲ ਸਰਕਾਰ ਰਹੀ ਹੋਵੇ ਆਪਣੀ, ਤਾਂ ਉਦੋਂ ਪਹਿਲਾਂ ਜਿਹੜਾ ਕਹਿ ਲਓ, ਜੇ ਤਾਂ ਮੈਨੂੰ ਇੱਕ ਗੱਲ ਮੈਂ ਜ਼ਰੂਰ ਕਹਿੰਦਾ ਕਿ ਮੰਨ ਲਓ ਤੁਹਾਡੀ ਸਰਕਾਰ ਨੇ ਡਾਕਟਰ ਲਿਆਂਦੇ ਹੋਣ, ਕਾਂਗਰਸ ਨੇ ਡਾਕਟਰਾਂ ਨੂੰ ਕੱਢਿਆ ਹੋਵੇ, ਤਾਂ ਇਹ ਗਾਣੇ ਬਣਾਉਂਦੇ ਆਪਾਂ ਚੰਗੇ ਲੱਗਦੇ ਸੀਗੇ? ਅਤੇ ਮੈਂ ਕੁਝ ਸੱਜਣ ਪਿਆਰਿਓ, ਮੈਂ ਕੁਝ ਗਲਤ ਨਹੀਂ ਬੋਲ ਰਿਹਾ, ਪਰ ਮੈਂ ਇਹ ਗੱਲਾਂ ਦਾ ਜਵਾਬ ਮੰਗ ਰਿਹਾ। ਉਹ ਮੈਂ ਹਰ ਪਾਰਟੀ ਤੋਂ ਮੰਗਦਾ ਹੁੰਦਾ, ਜਿੱਥੇ ਮੈਨੂੰ ਗੱਲ ਗਲਤ ਲੱਗੂਗੀ ਮੈਂ ਉੱਥੇ ਬੋਲੂੰਗਾ। ਇਹ ਕਹਿ ਰਹੇ ਆ ਸਭ ਤੋਂ ਪਹਿਲਾਂ ਹੌਸਪੀਟਲਾਂ 'ਚ ਡਾਕਟਰ ਲਿਆਉਣੇ ਆ, ਤਾਂ ਮੈਨੂੰ ਦੱਸੋ ਹੌਸਪੀਟਲ ਬਣਾਏ ਕਿੱਥੇ ਆ? ਸਾਡੇ ਜਿਹੜੇ ਸੁਖਬੀਰ ਜੀ ਆ, ਇਹਨਾਂ ਨੂੰ ਆਹ ਮਹਾਂਮਾਰੀ ਬਿਮਾਰੀ ਹੋ ਗਈ ਸੀ ਜਿਹੜੀ ਕਿਸੇ ਵੈਰੀ ਦੁਸ਼ਮਣ ਨੂੰ ਨਾ ਹੋਵੇ, ਇਹ ਤਾਂ ਫਿਰ ਵੀ ਸਾਡੇ ਪੰਜਾਬ ਦੇ MP ਆ, ਸਾਡੇ ਸਾਬਕਾ ਮੁੱਖ ਮੰਤਰੀ ਦੇ ਬੇਟੇ ਆ, ਇਹਨਾਂ ਨੂੰ ਤਾਂ ਕਿਉਂ ਹੋਣੀ ਚਾਹੀਦੀ ਆ? ਅਤੇ ਮੈਂ ਇੱਥੇ ਵੀ ਇਹ ਗੱਲ ਕਹਿੰਦਾ ਕਿ ਪਰਮਾਤਮਾ ਮਿਹਰ ਭਰੇ ਹੱਥ ਰੱਖੇ ਬਾਦਲ ਪਰਿਵਾਰ 'ਤੇ, ਹਰ ਇੱਕ ਪੰਜਾਬ ਦੇ ਬੰਦੇ 'ਤੇ ਸਿਰ 'ਤੇ ਹੱਥ ਰੱਖੇ, ਬਿਮਾਰੀਆਂ ਤੋਂ ਦੂਰ ਰੱਖੇ ਇਹੋ ਜਿਹੀਆਂ ਮਹਾਂਮਾਰੀਆਂ ਤੋਂ, ਕਿ ਜਿਹੜੀ ਆ ਮਹਾਂਮਾਰੀ ਬਿਮਾਰੀ ਹੋਈ ਸੀ ਸਾਡੇ ਸੁਖਬੀਰ ਜੀ ਨੂੰ, ਇਹਨਾਂ ਨੇ ਆਪਦਾ ਇਲਾਜ ਦਿੱਲੀ ਦੇ ਵਿੱਚ ਕਰਾਇਆ। ਚਲੋ ਆਮ ਜਨਤਾ ਵਾਸਤੇ ਤਾਂ ਹੌਸਪੀਟਲ ਨਹੀਂ ਬਣਾ ਸਕੇ, ਪਰ ਮੈਨੂੰ ਇਹ ਗੱਲ ਦਾ ਜਵਾਬ ਤਾਂ ਦਿਓ ਗੀਤ ਵਾਲਿਓ। ਮੈਂ ਤੁਹਾਡੇ ਤੋਂ ਪੁੱਛਦਾ, ਤੁਸੀਂ ਕਹਿ ਰਹੇ ਆ ਹੌਸਪੀਟਲ 'ਚ ਡਾਕਟਰ ਲਿਆਉਣੇ ਆ, ਅਤੇ ਪਹਿਲਾਂ ਡਾਕਟਰ ਕਿਉਂ ਨਾ ਲਿਆਏ? ਇਹ ਜੇਕਰ ਆਮ ਜਨਤਾ ਵਾਸਤੇ ਨਹੀਂ ਬਣਾ ਸਕੇ ਹੌਸਪੀਟਲ, ਤਾਂ ਆਪਦੇ ਵਾਸਤੇ ਤਾਂ ਬਣਾ ਲੈਂਦੇ ਯਾਰ। ਮੈਨੂੰ ਲੋਕ ਇਹ ਗੱਲਾਂ ਦਾ ਜਵਾਬ ਦੇਣ, ਜੇਕਰ ਮੈਂ ਗਲਤ ਹਾਂ ਬੇਸ਼ੱਕ ਦੀ ਮੇਰੇ ਛਿੱਤਰ ਮਾਰੋ, ਮੈਂ ਕੁਝ ਨਹੀਂ ਕਹੂੰਗਾ ਉੱਥੇ, ਪਰ ਮੈਨੂੰ ਇਹ ਗੱਲਾਂ ਦੇ ਦੱਸਣ ਦਾ ਸਹੀ। 10 ਸਾਲ ਸਰਕਾਰ ਰਹੀ ਹੋਵੇ, ਕਿੰਨੇ ਕੁ ਸਕੂਲ ਦਾ ਐਜੂਕੇਸ਼ਨ ਆ ਜਿਹੜਾ ਚੰਗਾ ਗਿਆ ਹੋਵੇ? ਹਾਂ, ਇੰਨੀ ਗੱਲ ਜ਼ਰੂਰ ਆ ਕਿ ਬਾਬਾ ਬਾਦਲ ਜੀ ਨੇ 1ਲੀ ਤੋਂ ਲੈ ਕੇ 8ਵੀਂ ਤੱਕ ਬੱਚਿਆਂ ਨੂੰ ਪਾਸ ਜ਼ਰੂਰ ਕਰਵਾਇਆ। ਜਿਹੜੇ ਬੱਚਿਆਂ ਨੂੰ, ਇੱਕ ਹੋਰ ਮੈਂ ਉਦਾਹਰਨ ਦੇ ਤੌਰ 'ਤੇ ਕਹਿੰਦਾ ਕਿ ਮੰਨ ਲਓ ਰਾਹ ਦੇ ਵਿੱਚ ਪੈਟਰੋਲ ਪੰਪ ਹੋਵੇ, ਹੁਣ ਇੱਕ ਬੰਦਾ ਆ ਜਾਵੇ ਪਿੱਛੇ, ਮੇਰਾ ਪੈਟਰੋਲ ਮੁੱਕ ਜਾਵੇ ਮੋਟਰਸਾਈਕਲ ਦਾ, ਅਤੇ ਬੰਦਾ ਕਹੇ ਕਿ ਬਾਈ ਸਾਹਿਬ ਐਂ ਕਰੋ ਮੈਂ ਲੱਤ ਲਾ ਦਿੰਦਾ ਪੈਟਰੋਲ ਵਾਸਤੇ, ਉਹ ਕਹੇ ਚਲੋ ਠੀਕ ਆ ਜੀ ਲਾ ਦਿਓ। ਹੁਣ ਉਹ ਪੈਟਰੋਲ ਲੱਤ ਲਾ ਕੇ ਲੰਘ ਜੇ, 5-7 ਕਿਲੋਮੀਟਰ ਦੂਰ ਨਿਗਾ ਰਹੇ ਪੈਟਰੋਲ ਪੰਪ ਤੋਂ, ਅਤੇ ਪੈਟਰੋਲ ਪੰਪ ਤੋਂ ਤੇਲ ਤਾਂ ਪਵਾਉਣਾ ਸੀਗਾ। ਹੁਣ ਜਿਹਨੇ ਲੱਤ ਲਾ ਕੇ 5-7 ਕਿਲੋਮੀਟਰ ਗਾਂਹ ਛੱਡ ਆਉਂਦਾ, ਉਹ ਹੁਣ ਦੱਸੋ ਵੀ ਤੇਲ ਕਿੱਥੋਂ ਪਵਾਵੇ? ਗਾਂਹ ਪੈਟਰੋਲ ਪੰਪ ਵੀ ਹੈ ਨਹੀਂ, ਉਹ ਹੁਣ ਰੋੜ ਕੇ ਲੈ ਕੇ ਜਾਊਗਾ ਮੋਟਰਸਾਈਕਲ ਨੂੰ। ਉਵੇਂ ਗੱਲ ਇਹ ਆ, 1ਲੀ ਤੋਂ ਲੈ ਕੇ 8ਵੀਂ ਤੱਕ ਪਾਸ ਕਰਾਇਆ ਬੱਚਿਆਂ ਨੂੰ, ਬੱਚੇ ਦਿਮਾਗੀ ਤੌਰ 'ਤੇ ਖਰਾਬ ਹੋ ਗਏ ਜਦੋਂ ਫੇਲ ਵਾਲਿਆਂ ਨੂੰ ਵੀ ਪਾਸ ਕੱਢੀ ਗਏ, ਉਦੋਂ ਕਿਹੜਾ ਗਾਂਹ ਜਾ ਕੇ ਜੱਜ ਲੱਗਣਾ ਸੀ? ਉਦੋਂ ਮੈਂ ਵੀ ਛਾਲਾ ਮਾਰਦਾ ਹੁੰਦਾ ਸੀ, ਮੈਂ ਵੀ 6ਵੀਂ ਦੇ ਵਿੱਚੋਂ ਐਵੇਂ ਪਾਸ ਹੋਇਆ ਵਰਗਾ ਹੀ ਆ ਕੰਮ, ਕਿਉਂਕਿ ਮੈਂ ਪੜ੍ਹਨ ਪੁੜ੍ਹਨ 'ਚ ਬੜਾ ਹੁਸ਼ਿਆਰ ਨਹੀਂ ਸੀਗਾ। 5ਵੀਂ ਦੇ ਵਿੱਚ ਵੀ ਮੈਂ ਛਾਲਾ ਮਾਰਦਾ ਹੁੰਦਾ ਸੀ ਜਦੋਂ ਕਹਿੰਦੇ ਸਾਰੇ ਬੱਚੇ ਪਾਸ, ਕੋਈ ਫੇਲ ਨਹੀਂ। ਪਰ ਅੱਜ ਉਹ ਗੱਲਾਂ ਦਾ ਪਤਾ ਲੱਗਦਾ ਕਿ ਅੱਜ ਅਸੀਂ ਮਾਰੇ ਪਏ ਹਾਂ, ਸਾਡੇ ਪੱਲੇ ਕੱਖ ਨਹੀਂ ਗਾ। ਅਤੇ ਮੈਨੂੰ ਦੱਸੋ ਕਿ 10 ਸਾਲਾਂ ਦੀ ਸਰਕਾਰ ਦੇ ਵਿੱਚ ਗਾਣੇ ਗਾਉਣ ਵਾਲੇ ਹੋ, ਚਾਹੇ ਕਿਸੇ ਵੀ ਪਾਰਟੀ ਦਾ ਕੋਈ ਗੀਤ ਬਣਾ ਕੇ ਗਾਉਂਦਾ, ਪਰ ਮੇਰੇ ਤੱਕ ਆ ਗਏ ਤਾਂ ਮੈਂ ਸਵਾਲ ਜ਼ਰੂਰ ਪੁੱਛੂੰਗਾ ਉਹਨਾਂ ਨੂੰ, ਗਾਓ, ਤੁਹਾਡਾ ਹੱਕ ਆ, ਤੁਹਾਨੂੰ ਅਸੀਂ ਗਾਉਣ ਤੋਂ ਨਹੀਂ ਰੋਕ ਸਕਦੇ।
ते पर मैं ये गल दसो जिन्हों की सरकार रही हो ते उन्ना तो यार एक हॉस्पिटल ना बने होन ते उन्ना तो स्कूल ना चंगे बने होन ते अज जो कहिंदे फिरदे होन कि असीं आउणा समय च स्कूल चंगे बना देंगे ये दरअसल गलत आ। छोटी जी कहानी दस दिना एक बंदा जिहड़ा कि बड़ा कह लो कि पैसे लै लैंदा लोकां तों पर मोड़दा नहींगा हुण जाके कहिंदा बई यार मैनूं पैसे दे दे 10,000 रुपया किसे बंदे कोल 50,000 रुपया ਉਹ ਬੰਦਾ ਵਿਚਾਰਾ ਹੈਂਡੀਕੈਪ ਕਹਿ ਲਓ ਦਿਮਾਗੀ ਤੌਰ 'ਤੇ ਵੀ ਹੈਂਡੀਕੈਪ ਅਤੇ ਉਂਝ ਵੀ ਹੈਂਡੀਕੈਪ ਹੋਵੇ ਹੁਣ ਮੰਨ ਲਓ ਆ ਕੇ ਕਹਿਣ ਬਾਈ ਜੀ ਮੈਨੂੰ 10,000 ਰੁਪਇਆ ਦੇਵੋ ਉਹ ਹੈਂਡੀਕੈਪ ਕੋਲ 50,000 ਰੁਪਇਆ ਹੋਵੇ ਅਤੇ ਉਹ 20,000 ਰੁਪਏ ਦਾ ਉਹਦਾ ਖਰਚੇ ਖੁਰਚੇ ਚਲਾ ਦੇਵੇ ਅੱਗੋਂ ਉਹ ਕਹਿੰਦਾ ਬਾਈ ਜੀ ਮੈਨੂੰ 10,000 ਰੁਪਇਆ ਦਿਓ ਉਹ 10,000 ਲੈ ਜਾਂਦਾ ਮੋੜਦਾ ਹੈ ਨਹੀਂ ਪੰਜਾਂ ਕੁ ਦੋ ਕੁ ਮਹੀਨਿਆਂ ਬਾਅਦ ਫਿਰ ਆ ਜਾਂਦਾ ਬਾਈ ਜੀ ਮੈਨੂੰ 5,000 ਰੁਪਇਆ ਦਿਓ ਪਿੱਛੇ ਬੱਚੇ ਵਿਚਾਰੇ ਹੈਂਡੀਕੈਪ ਕੋਲ 15,000 ਰੁਪਇਆ 15 ਵੀ ਨਹੀਂ ਮੋੜਦਾ ਜਦੋਂ 15 ਹੋ ਜਾਂਦਾ ਫਿਰ ਆਉਂਦਾ ਬਾਈ ਜੀ ਮੈਨੂੰ 5,000 ਰੁਪਇਆ ਦਿਓ ਉਹ ਫਿਰ ਦੇ ਦਿੰਦਾ ਕਹਿੰਦਾ ਚੱਲ ਤੇਰੇ ਪੈਸੇ ਆ ਜਾਣਗੇ ਤੇਰੇ ਤੇ ਅਸੀਂ ਇਤਬਾਰ ਕਰਦੇ ਹਾਂ ਕਿ ਤੇਰੇ ਪੈਸੇ ਕਿਤੇ ਜਾਂਦੇ ਨਹੀਂ ਫਿਰ ਉਹ ਵਿਚਾਰੇ ਹੈਂਡੀਕੈਪ ਕੋਲ 10,000 ਰੁਪਇਆ ਬਚਿਆ ਕਿਉਂਕਿ 20,000 ਰੁਪਇਆ ਤਾਂ ਉਹਨੇ 50,000 ਚੋਂ ਖਰਚ ਲਿਆ ਪਹਿਲਾਂ ਹੀ ਅਤੇ 20,000 ਲੈ ਗਿਆ ਧਾਰੇ ਫੜਨ ਵਾਲਾ ਅਤੇ 10 ਰਹਿ ਗਏ ਉਹਦੇ ਕੋਲ ਹੁਣ 10 ਦੇ ਵਿੱਚੋਂ ਫਿਰ ਆ ਗਿਆ ਕਿਤੇ 2,500 ਰੁਪਇਆ ਦੇ ਹੁਣ 7,500 ਤਾਂ ਉਹਨੂੰ ਵੀ ਚਾਹੀਦਾ ਸੀ ਉਹ ਲੱਗ ਗਿਆ ਉਹਦੇ ਕੋਲੋਂ ਹੁਣ ਐਂਡ 'ਤੇ ਆਇਆ ਜਦੋਂ ਨੰਗ ਹੋ ਗਿਆ ਜਮਾਂ ਉਹਦੇ ਪੱਲੇ ਕੱਖ ਨਹੀਂ ਬਚਿਆ ਉਹਨੂੰ ਐਂ ਸੀ ਕਿਤੇ 7,500 ਰੁਪਇਆ ਹਲੇ ਇਹਦੇ ਕੋਲ ਪਿਆ ਕਹਿੰਦਾ ਬਾਈ ਜੀ ਮੈਨੂੰ ਨਾ 5,000 ਰੁਪਏ ਉਧਾਰਾ ਦਿਓ ਉਹ ਕਹਿੰਦਾ ਭਾਈ ਸਾਹਿਬ ਐਡਾ ਬਸ਼ਰਮ ਬੰਦਾ ਤੂੰ ਮੇਰੀ ਤੂੰ 5 ਮੋੜੀ 10 ਲੈ ਕੇ ਗਿਆ 5 ਲੈ ਕੇ ਗਿਆ ਫਿਰ 5 ਲੈ ਕੇ ਗਿਆ ਫਿਰ 2,500 ਲੈ ਕੇ ਗਿਆ ਮੈਨੂੰ ਰੁਪਇਆ ਤੱਕ ਨਹੀਂ ਮੋੜਿਆ ਯਾਰ ਤੂੰ ਫਿਰ ਮੇਰੇ ਕੋਲ ਆ ਗਿਆ ਕਹਿੰਦਾ ਮੇਰੀ ਹਾਲਤ ਤਾਂ ਵੇਖ ਅੱਜ ਮੈਂ ਬਾਦਲ ਬਾਦਲਕਿਆਂ ਨੂੰ ਕਹਿੰਦਾ ਉਹ ਸਾਡੇ ਪੰਜਾਬ ਦੇ ਵਿੱਚੋਂ ਪਹਿਲਾਂ ਵੀ ਤੁਸੀਂ ਵੋਟਾਂ ਮੰਗੀਆਂ ਵੋਟਾਂ ਲੈਂਦੇ ਰਹੇ ਹਾਂ ਵਿਕਾਸ ਦੇ ਨਾਂ 'ਤੇ ਵੋਟਾਂ ਮੰਗਦੇ ਰਹੇ ਹਾਂ ਪਰ ਅੱਜ ਪੰਜਾਬ ਦੀ ਹਾਲਤ ਵੇਖੋ ਅੱਜ ਪੰਜਾਬ ਡੁੱਬਿਆ ਪਿਆ ਅੱਜ 7,500 ਰੁਪਇਆ ਹੈ ਨਹੀਂ ਗਾ ਪੰਜਾਬ ਦੇ ਕੋਲ ਉਹ ਹੈਂਡੀਕੈਪ ਅਸੀਂ ਹਾਂ ਸਾਡਾ ਪੰਜਾਬ ਆ ਹੈਂਡੀਕੈਪ ਜਿਹਨੂੰ ਤੁਸੀਂ ਐਜੂਕੇਸ਼ਨ ਤੋਂ ਵੱਧ ਧਮਾਕਾ ਕਰਤਾ ਪਹਿਲੀ ਤੋਂ ਲੈ ਕੇ 8ਵੀਂ ਤੱਕ ਪਾਸ ਕਰਾ ਕੇ ਸਿਹਤ ਡਿਪਾਰਟਮੈਂਟ ਹੈ ਨਹੀਂ ਗਾ ਸਾਡੇ ਕੋਲ ਅਤੇ ਯਾਰ ਐਂ ਨਾ ਹੁਣ ਕਰੋ ਸਾਡੇ ਕੋਲ ਕੁਛ ਨਹੀਂ ਬਚਿਆ ਸਾਡਾ ਵਿਕਾਸ ਦੇ ਨਾਂ 'ਤੇ ਵੋਟਾਂ ਨਾ ਮੰਗੋ ਸਾਥੋਂ ਪੰਥ ਦੇ ਨਾਂ 'ਤੇ ਵੋਟਾਂ ਨਾ ਮੰਗੋ ਹਾਲੇ ਮੈਂ ਗੱਲ ਗਾਹ ਸੁਣਾਉਣਾ ਥੋੜ੍ਹੀ ਸੁਣੀਆਂ ਜੇ ਵੇਖੋ ਕਿਵੇਂ ਬੇਰੁਜ਼ਗਾਰਾਂ ਦੀਆਂ ਟਰਾਲੀਆਂ ਭਰੀਆਂ ਪਈਆਂ ਇਹ ਕਹਿੰਦੇ ਵਿਕਾਸ ਕੀਤਾ ਕਿਹੜਾ ਵਿਕਾਸ ਆ ਕਿਸਾਨ ਵਾਹ ਜੀ ਵਾਹ ਇੱਥੋਂ ਵੀ ਗੱਲ ਕਰ ਦੇਵਾਂ ਆ ਜੂਨ ਖਣੀ ਜੁਲਾਈ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਪਹਿਲੇ ਬਿੱਲਾਂ ਵਾਸਤੇ ਸਮਝਾਇਆ ਸੀ ਇਹ ਕਾਲੇ ਕਾਨੂੰਨ ਨੇ ਫਾਇਦੇਮੰਦ ਕਾਨੂੰਨ ਆ ਬਹੁਤ ਵਧੀਆ ਸੈਂਟਰ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਆ ਕਿਸਾਨਾਂ ਨੂੰ ਆਜ਼ਾਦੀ ਦਿੱਤੀ ਆ ਜਦੋਂ ਪਤਾ ਲੱਗਿਆ ਕਿਸਾਨ ਮਜ਼ਦੂਰ ਥੋੜ੍ਹੇ ਬਹੁਤੇ ਜਾਗੇ ਆ ਉਸ ਤੋਂ ਬਾਅਦ ਇਹਨਾਂ ਨੇ ਅਸਤੀਫਾ ਦਿੱਤਾ ਉਹ ਵੀ 2022 ਕਰਕੇ ਨਹੀਂ ਇਹਨਾਂ ਨੇ ਕਾਹਦਾ ਦੇਣਾ ਅਸਤੀਫਾ ਮੈਂ ਗਾਣੇ ਦਾ ਤੁਹਾਡੇ ਕੋਲੋਂ ਪੁੱਛਦਾ ਆ ਵੇਖੋ ਜੀ ਰੁਜ਼ਗਾਰ ਜ਼ਰੂਰ ਮਿਲਿਆ ਬਾਬਾ ਬਾਦਲ ਸਾਹਿਬ ਰੁਜ਼ਗਾਰ ਮਿਲਿਆ ਤੁਹਾਨੂੰ ਤੁਹਾਡੀਆਂ ਪੈਨਸ਼ਨਾਂ ਲੱਗੀਆਂ 4.25 ਲੱਖ ਦੇ ਤਕਰੀਬਨ ਰੁਜ਼ਗਾਰ ਜ਼ਰੂਰ ਮਿਲਿਆ ਰੁਜ਼ਗਾਰ ਮਿਲਿਆ ਤੁਹਾਡੇ ਬੇਟੇ ਨੂੰ ਮਿਲਿਆ ਸਰਦਾਰ ਸੁਖਬੀਰ ਸਿੰਘ ਜੀ ਨੂੰ ਰੁਜ਼ਗਾਰ ਮਿਲਿਆ ਤੁਹਾਡੀ ਨੌ ਰਾਣੀ ਨੂੰ ਮਿਲਿਆ ਸਾਡੀ ਜਿਹੜੀ ਬੀਬਾ ਹਰਸਿਮਰਤ ਕੌਰ ਬਾਦਲ ਜੀ ਉਹਨਾਂ ਨੂੰ ਮਿਲਿਆ ਉਹਨਾਂ ਦੀਆਂ ਪੈਨਸ਼ਨਾਂ ਲੱਗੀਆਂ ਰੁਜ਼ਗਾਰ ਮਿਲਿਆ ਤਾਂ ਸਾਡੇ ਜਿਹੜੇ ਵੀਰ ਆ ਵਿਕਰਮਜੀਤ ਮਜੀਠੀਏ ਨੂੰ ਮਿਲਿਆ ਕਿਉਂਕਿ MLA MP ਬਣ ਕੇ ਤਨਖਾਹਾਂ 'ਤੇ ਪੈਨਸ਼ਨਾਂ ਲੱਗਦੀਆਂ ਹੁੰਦੀਆਂ ਪੰਜਾਬ ਦੇ ਨੌਜਵਾਨਾਂ ਨੂੰ ਜੇਕਰ ਰੁਜ਼ਗਾਰ ਦੇਣਾ ਹੁੰਦਾ ਤਾਂ ਤੁਸੀਂ ਫਿਰ ਗੱਲਾਂ ਕਰਦੇ ਵਾਕਿਆ ਕੋਈ ਰੁਜ਼ਗਾਰ ਨਹੀਂ ਮਿਲਿਆ ਉਹ ਲੱਗੇ ਹੋਣਗੇ ਨੌਕਰੀਆਂ 'ਤੇ ਪਰ ਲੱਗੇ ਉਹ ਹੋਣੇ ਆ ਬਾਬਾ ਜੀ ਜਿਹੜੇ ਤੁਹਾਡੇ ਆਪ ਦੇ ਬੰਦੇ ਹੋਣੇ ਆ ਉਹ ਕੋਈ ਹੋਰ ਨਹੀਂ ਲੱਗੇ ਸਾਰੇ ਬਾਕੀ ਭੁੱਖੇ ਮਾਰਦੇ ਫਿਰਦੇ ਆ ਐਂਡ ਵਾਲੀ ਗੱਲ ਆ MLA ਬਣਨ ਮੈਂ ਕਹਿੰਦਾ ਪਰਮਾਤਮਾ ਇਹਨਾਂ 'ਤੇ ਮਿਹਰ ਭਰਿਆ ਹੱਥ ਰੱਖੇ ਪਰ ਜਿਹੜੀ ਆ ਵੀਰ ਨੇ ਗੱਲ ਗਾਈ ਆ ਕਿ ਸਗਨ ਸਕੀਮਾਂ ਹੁਣ ਸਗਨ ਸਕੀਮਾਂ ਦੀ ਸੱਜਣ ਪੈ ਰਿਹਾ ਗੱਲ ਇਹ ਸੁਣ ਲਾ ਜਿਹੜਾ ਕੋਈ MLA MP ਇਹ ਕਹਿੰਦਾ ਕਿ ਅਸੀਂ ਸਗਨ ਸਕੀਮਾਂ ਦੇਣੀਆਂ ਉਹ ਮੈਨੂੰ ਮੁੱਖ ਮੰਤਰੀ ਬਣਾ ਦੇਵੇ ਜਾਂ ਮੇਰੇ ਪੰਜਾਬ ਦੇ ਵਿੱਚੋਂ ਕੋਈ ਨੌਜਵਾਨ ਚੱਕ ਲਵੇ ਉਹਨਾਂ ਨੂੰ ਬਣਾਵੇ MP
ਤਾਂ ਜਿਹੜੇ ਐਮ ਐਲ ਏ ਐਮ ਪੀ ਨੇ ਆਪਦੀ ਸੀਟ ਸਾਨੂੰ ਦਿੱਤੀ ਹੋਈ ਉਹ ਐਮ ਐਲ ਏ ਸਗਨ ਸਕੀਮ ਦਾ 51,000 ਰੁਪਇਆ ਮੈਂ ਐਲਾਨ ਕਰਦਾ ਜਿਹੜਾ ਸਾਬਕਾ ਮੁੱਖ ਮੰਤਰੀ ਉਹ ਮੈਨੂੰ ਬਣਾਓ ਉਹਦੀਆਂ ਪੈਨਸ਼ਨਾਂ ਮੈਨੂੰ ਲਾਓ ਤੁਸੀਂ 51,000 ਦੀ ਗੱਲ ਕਰਦੇ ਆ ਮੈਂ 2,00,000 ਰੁਪਇਆ ਦੇ ਦੂੰਗਾ ਔਰ ਜਿਹੜੇ ਬੰਦੇ ਨੂੰ 1,00,000 ਰੁਪਇਆ ਤਨਖਾਹਾਂ ਸਗਲ ਸਕੀਮਾਂ ਮੈਨੂੰ ਇਹ ਗੱਲ ਦੱਸਿਆ ਜਾਵੇ ਮੇਰੀ ਕੋਈ ਗੱਲ ਨੂੰ ਗਲਤ ਨਾ ਲਵੇ ਜਿਹੜਾ ਮੈਂ ਐਮ ਐਲ ਏ ਐਮ ਪੀ ਆਪਦੇ ਬਾਰੇ ਗੱਲ ਕਹੀ ਆ ਚਾਹੇ ਕਿਸੇ ਵੀ ਪੰਜਾਬ ਦੇ ਨੌਜਵਾਨ ਨੂੰ ਐਮ ਐਲ ਏ ਬਣਾ ਦਿਓ ਜਦੋਂ ਉਹਨਾਂ ਨੇ ਆਪਦੇ ਪੱਲੋ ਦਾ ਦੇਣਾ ਨਹੀਂ ਦੇਣਾ ਤਾਂ ਸਾਡੇ ਖਜ਼ਾਨੇ ਚੋਂ ਆ ਜੇਕਰ ਉਹੀ ਧੀਆਂ ਨੂੰ ਜੇਕਰ ਜਿਹੜੀਆਂ ਧੀਆਂ ਧਿਆਣੀਆਂ ਪੜ੍ਹੀਆਂ ਲਿਖੀਆਂ ਉਹਨਾਂ ਨੂੰ ਤੁਸੀਂ ਬੀ ਐਡ ਕੀਤੀਆਂ ਪਲੱਸ ਟੂ ਕੀਤੀਆਂ ਦਸਵੀਂ ਕੀਤੀ ਆ ਉਹਨਾਂ ਦੇ ਪੜ੍ਹਾਈ ਦੇ ਹਿਸਾਬ ਦੇ ਨਾਲ 15,000 ਤੋਂ 20,000 ਤੋਂ ਲੈ ਕੇ ਤਨਖਾਹ ਦਿਓ ਉਹਨਾਂ ਨੂੰ ਰੁਜ਼ਗਾਰ ਦਿਓ ਤੁਹਾਨੂੰ ਸਗਨ ਸਕੀਮ ਦੀ ਲੋੜ ਨਾ ਪਵੇ ਮੈਂ ਤੁਹਾਨੂੰ ਕਹਿੰਦਾ ਇਹ ਸਗਨ ਸਕੀਮਾਂ ਦੇ ਦੇ ਕੇ ਲੋਕਾਂ ਨੂੰ ਨਕਾਰਾ ਕੀਤਾ ਜਿਹੜੇ ਤੁਸੀਂ ਗੱਲ ਕਹਿ ਰਹੇ ਆ ਕਿ ਜਿਹੜੇ ਆ ਰਾਸ਼ਨ ਆਟਾ ਦਾਲ ਉਹ ਜਿਹੜੇ ਪਰਿਵਾਰ ਨੂੰ ਤੁਸੀਂ ਦਿਮਾਗੀ ਤੌਰ ਤੇ ਕਹਿ ਲਓ ਹੁਣ ਮੈਂ ਵੀ ਉਹਨਾਂ ਦੇ ਵਿੱਚ ਆਉਣਾ ਤੇ ਉਹਨਾਂ ਨੂੰ ਜਿਹੜੀ ਆਟਾ ਰਾਸ਼ਨ ਦਾਲ ਦਿੰਦੇ ਆ ਜੇਕਰ ਉਹਨਾਂ ਦੇ ਪਰਿਵਾਰ ਨੂੰ 25,000 ਰੁਪਏ ਦੀ ਤੁਸੀਂ ਤਨਖਾਹ ਦਿਓ ਮਹੀਨੇ ਦੀ ਤਾਂ ਜਿਹੜਾ ਬਿਜਲੀ ਦਾ ਬਿੱਲ ਆ ਹੱਦੋਂ ਵੱਧ 2,500 ਬਣ ਜਾਊਗਾ ਉਹ 25,000 ਦੇ ਵਿੱਚੋਂ 2,500 ਬਿੱਲ ਦਾ ਨਹੀਂ ਦੇ ਸਕਦਾ ਮਹੀਨੇ ਦਾ ਖਾਣ ਪੀਣ ਦਾ ਉਹਦਾ ਖਰਚਾ ਲਾ ਲਈਏ 5,000 ਰੁਪਇਆ ਆਟਾ ਰਾਸ਼ਨ ਦਾਲ ਦਾ ਕਿ ਉਹ ਆਪਦੇ ਘਰ ਦੇ ਵਾਸਤੇ 5,000 ਰੁਪਇਆ ਆਟਾ ਰਾਸ਼ਨ ਦਾਲ 'ਤੇ ਨਹੀਂ ਲਾ ਸਕਦਾ ਇਹ ਗੀਤ ਗਾ ਕੇ ਮੈਂ ਸਾਰੀਆਂ ਪਾਰਟੀਆਂ ਨੂੰ ਕਹੂੰਗਾ ਜੇਕਰ ਕਿਸੇ ਦਾ ਗੀਤ ਆਇਆ ਬਸ ਜਦੋਂ ਮੇਰੇ ਤੱਕ ਪਹੁੰਚੂਗਾ ਮੈਂ ਨਾਲ ਦੀ ਨਾਲ ਉਹ ਸੋਚ ਕੇ ਦੱਸੂੰਗਾ ਵੀ ਆਹ ਚੀਜ਼ਾਂ ਇੱਥੇ ਗਲਤ ਹੋਈਆਂ ਕਿ ਨਹੀਂ ਹੋਈਆਂ ਇਹ ਗੱਲ ਲੋਕਾਂ ਨੇ ਦੱਸਣੀ ਆ ਅਤੇ ਮੈਂ ਕਹਿੰਦਾ ਬਾਬਾ ਬਾਦਲ ਜੀ ਤੁਸੀਂ ਪੰਜਾਬ 'ਚ ਆਓ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਨਾ ਆਓ ਮੈਂ ਕਹਿੰਦਾ ਪੰਜਾਬ ਦੇ ਵਿੱਚ ਆਓ ਪਰ ਇੱਕ ਗੱਲ ਦੱਸੋ ਪਹਿਲਾਂ ਪੁਰਾਣੇ ਹਿਸਾਬ ਕਿਤਾਬ ਦਾ ਦੱਸੋ ਕਿੱਥੇ ਐਜੂਕੇਸ਼ਨ ਦਿੱਤਾ ਅਤੇ ਕਿਹੜਾ ਕੁਛ ਐਜੂਕੇਸ਼ਨ ਉਦੇ ਹੋਊਗਾ ਜਿੱਦੇ ਡੀ ਐੱਸ ਪੀ ਐੱਸ ਐੱਸ ਪੀ ਕਹਿ ਲਓ ਜਾਂ ਹੁਣ ਮੈਂ ਤੁਹਾਨੂੰ ਕੀ ਕਿ ਐੱਮ ਐੱਲ ਏ ਐੱਮ ਪੀਆਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਉਦੇ ਹੋਊਗਾ ਐਜੂਕੇਸ਼ਨ ਸਹੀ ਉਦੇ ਡਾਕਟਰੀ ਇਲਾਜ ਸਹੀ ਹੋਊਗਾ ਜਿੱਦੇ ਸਰਕਾਰੀ ਸਰਕਾਰੀ ਡਾਕਟਰਾਂ ਦੇ ਵੱਡੇ ਵੱਡੇ ਡਾਕਟਰਾਂ ਦੇ ਇਲਾਜ ਗੌਰਮੈਂਟ ਹਸਪੀਟਲਾਂ 'ਚ ਹੋਏ ਐੱਮ ਐੱਲ ਏ ਐੱਮ ਪੀਆਂ ਦੇ ਇਲਾਜ ਜਿਹੜੇ ਪੰਜਾਬ ਦੇ ਗੌਰਮੈਂਟ ਹੋਸਪਿਟਲਾਂ 'ਚ ਹੋਏ ਜਾਂ ਜਿੱਦੇ ਐੱਮ ਐੱਲ ਏ ਐੱਮ ਪੀਆਂ ਦੇ ਇਲਾਜ ਸਰਕਾਰੀ ਹੋਸਪਿਟਲਾਂ 'ਚ ਹੋਏ ਉਦੇ ਜ਼ਰੂਰ ਸਹੀ ਬਣੂਗਾ ਨਹੀਂ ਉਹਨਾਂ ਚਿਰ ਕੁਛ ਨਹੀਂ ਹੋ ਸਕਦਾ ਐਵੇਂ ਲੋਕਾਂ ਨੂੰ ਗੀਤ ਗਾ ਕੇ ਫਸਲਾਓ ਨਾ ਲੋਕਾਂ ਨੂੰ ਪਲੂ ਸੁਣਾ ਤੁਸੀਂ ਜੇ ਕੁਛ ਕੀਤਾ ਲੋਕਾਂ ਵਾਸਤੇ ਸਾਡੇ ਸਾਹਮਣੇ ਉਹ ਕਰੋ ਹਾਂ ਜੇਕਰ ਤੁਸੀਂ ਸੜਕਾਂ ਦੀ ਗੱਲ ਕਰਦੇ ਆ ਉਹ ਲੋਕਾਂ ਦੇ ਪੈਸੇ ਨਾਲ ਬਣੀਆਂ ਤੁਹਾਡੇ ਪੈਸੇ ਨਾਲ ਨਹੀਂ ਬਣੀਆਂ ਵੀਡੀਓ ਲੰਮੀ ਜ਼ਰੂਰ ਹੋਊਗੀ ਜੀ ਪਰ ਧਿਆਨ ਨਾਲ ਜ਼ਰੂਰ ਵੇਖ ਲਿਆ ਜੇਕਰ ਮੈਂ ਗਲਤ ਤਾਂ ਮੈਨੂੰ ਜ਼ਰੂਰ ਦੱਸਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।